ਅੱਜ ਆਪਾਂ ਗੱਲ ਕਰਾਂਗੇ ਗਣਤੰਤਰ ਅਤੇ ਲੋਕਤੰਤਰ ਦੀ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਰਿਪਬਲਿਕ ਅਤੇ ਡੈਮੋਕ੍ਰੇਸੀ ਕਹਿੰਦੇ ਹਨ ਮੈਂ ਹਾ ਅੰਦਰ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ HIFI EXAM STUDY ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿ ਭਾਰਤ ਇੱਕ ਡੈਮੋਕ੍ਰੈਟਿਕ ਰਿਪਬਲਿਕ ਨੇਸ਼ਨ ਹੈ ਜਿਸ ਦਾ ਮਤਲਬ ਹੈ ਕਿ ਭਾਰਤ ਇੱਕ ਲੋਕਤੰਤ੍ਰਿਕ ਗਣਰਾਜ ਹੈ ਤਾਂ ਹੁਣ ਆਪਣੇ ਕੋਲ ਦੋ ਸ਼ਬਦ ਆਉਂਦੇ ਹਨ ਪਹਿਲਾ ਲੋਕਤੰਤਰ ਅਤੇ ਦੂਸਰਾ ਗਣਤੰਤਰ ਤਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹਨਾਂ ਦੋਨਾਂ ਸ਼ਬਦਾਂ ਨੂੰ ਪੂਰੀ ਡਿਟੇਲ ਦੇ ਵਿੱਚ ਸਮਝਾਂਗੇ ਅਤੇ ਇਹ ਦੇਖਾਂਗੇ ਵੀ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਕੀ ਅੰਤਰ ਹੈ ਲੋਕਤੰਤਰ ਆਪਾਂ ਸਭ ਨੂੰ ਪਤਾ ਵੀ ਲੋਕਤੰਤਰ 'ਚ ਜਨਤਾ ਦਾ ਸ਼ਾਸਨ ਹੁੰਦਾ ਹੈ ਜਿਵੇਂ ਜਾਪਾਨ ਜਾਪਾਨ ਦੇਸ਼ ਹੈ ਜਿਹੜਾ ਇਹ ਇੱਕ ਲੋਕਤੰਤਰ ਹੈ ਪਰੰਤੂ ਇਹ ਗਣਤੰਤਰ ਨਹੀਂ ਹੈ ਕਿਉਂਕਿ ਇੱਥੇ ਦਾ ਜਿਹੜਾ ਮੁਖੀ ਹੈਗਾ ਉਹ ਵੰਸ਼ ਦੇ ਆਧਾਰ 'ਤੇ ਬਣਦਾ ਹੈ ਇਸੇ ਤਰ੍ਹਾਂ ਹੀ ਬ੍ਰਿਟੇਨ ਬ੍ਰਿਟੇਨ ਵੀ ਇੱਕ ਲੋਕਤੰਤਰ ਹੈ ਪਰੰਤੂ ਇੱਥੇ ਵੀ ਗਣਤੰਤਰ ਨਹੀਂ ਹੈ ਕਿਉਂਕਿ ਇੱਥੇ ਵੀ ਜਿਹੜਾ ਰਾਜਾ ਹੈਗਾ ਉਹ ਵੰਸ਼ ਦੇ ਆਧਾਰ ਤੇ ਹੀ ਬਣਦਾ ਹੈ ਐਸ ਲਈ ਇੱਥੇ ਰਾਜਤੰਤਰ ਹੁੰਦਾ ਹੈ ਆਪਾਂ ਇਹ ਕਹਿ ਸਕਦੇ ਹਾਂ ਵੀ ਬ੍ਰਾਟੇਨ ਅਤੇ ਜਾਪਾਨ ਲੋਕਤੰਤ੍ਰਿਕ ਰਾਜਤੰਤਰ ਦੇ ਦੇਸ਼ ਹਨ ਗਣਤੰਤਰ ਦੀ ਗੱਲ ਕਰੀ ਤਾਂ ਇਹ ਇੱਕ ਅਜਿਹੀ ਪ੍ਰਣਾਲੀ ਹੈ ਜਿਸ 'ਚ ਜਨਤਾ ਦੁਆਰਾ ਸਰਵੋੱਚ ਅਹੁਦੇ ਤੇ ਬੈਠੇ ਵਿਅਕਤੀ ਦੀ ਚੋਣ ਕੀਤੀ ਜਾਂਦੀ ਹੈ ਗਣਤੰਤਰ ਚ ਇਹ ਸਰਵੋਤਚਵ ਵੰਸ਼ ਦੇ ਆਧਾਰ ਤੇ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਾਂਗੇ ਲੋਕਤੰਤਰ ਦੀ 507 BC ਦੇ ਵਿੱਚ ਏਥਨ ਚ ਏਥਨੀਜੀਅਨ ਨੇਤਾ ਕਲਸਥਨੀਜ ਨੇ ਰਾਜਨੀਤਿਕ ਪ੍ਰਣਾਲੀ ਸ਼ੁਰੂ ਕੀਤੀ ਜਿਸ ਨੂੰ ਉਸ ਨੇ ਡੈਮੋਕ੍ਰੇਟਿਆ ਕਿਹਾ ਸੀ ਲੋਕਤੰਤਰ ਦਾ ਅੰਗਰੇਜ਼ੀ ਅਰਥ ਡੈਮੋਕ੍ਰੇਟਿਆ ਹੈ ਜਿਸ ਦੀ ਉਤਪਤੀ ਗ੍ਰੀਕ ਸ਼ਬਦ ਡੈਮੋਸ ਤੋਂ ਹੋਈ ਹੈ ਡੈਮੋਸ ਦਾ ਮਤਲਬ ਹੁੰਦਾ ਹੈ ਜਨਤਾ ਅਤੇ ਡੈਮੋਸ ਸ਼ਬਦ ਦੇ ਵਿੱਚ ਇੱਕ ਸ਼ਬਦ ਹੋਰ ਕ੍ਰੇਟਿਆ ਜੋੜਿਆ ਗਿਆ ਜਿਸ ਦਾ ਮਤਲਬ ਹੁੰਦਾ ਹੈ ਸ਼ਾਸਨ ਮਤਲਬ ਜਨਤਾ ਦੁਆਰਾ ਕੀਤਾ ਗਿਆ ਸ਼ਾਸਨ ਹੀ ਡੈਮੋਕ੍ਰੇਸੀਆ ਹੁੰਦਾ ਹੈ ਇੱਥੇ ਆਪਾਂ ਸਿੰਪਲ ਇਹ ਕਹਿ ਸਕਦੇ ਹਾਂ ਵੀ ਲੋਕਤੰਤਰ ਦਾ ਮਤਲਬ ਜਨਤਾ ਦੇ ਸ਼ਾਸਨ ਦੇ ਨਾਲ ਹੁੰਦਾ ਹੈ ਇੱਥੇ ਜੇਕਰ ਆਪਾਂ ਇਸ ਦੀ ਹਿਸਟਰੀ ਨੂੰ ਦੇਖੀਏ ਤਾਂ ਫਿਰ ਆਪਾਂ ਨੂੰ ਸਮਝ ਆਵੇਗਾ ਵੀ ਲੋਕਤੰਤਰ ਕੀ ਹੁੰਦਾ ਹੈ ਪੁਰਾਣੇ ਸਮੇਂ 'ਚ ਕੀ ਹੁੰਦਾ ਸੀ ਰਾਜਾ ਸ਼ਾਸਨ ਕਰਦਾ ਸੀ ਜਾਂ ਰਾਜੇ ਤੋਂ ਬਾਅਦ ਉਸ ਦਾ ਜਿਹੜਾ ਪੁੱਤਰ ਸ਼ਾਸਨ ਕਰਦਾ ਸੀ ਜਾਂ ਕੋਈ ਹਮਲਾਵਰ ਆ ਕੇ ਰਾਜੇ ਤੇ ਹਮਲਾ ਕਰਕੇ ਉਸ ਨੂੰ ਹਰਾ ਦਿੰਦਾ ਸੀ ਤੇ ਉਹ ਸ਼ਾਸਨ ਕਰਨ ਲੱਗ ਜਾਂਦਾ ਸੀ ਪਰੰਤੂ ਜਦੋਂ ਯੂਰਪ 'ਚ ਪੁਨਰ ਜਾਗਰਣ ਹੋਇਆ ਤਾਂ ਲੋਕਾਂ ਦੀ ਸਮਝ ਤੇ ਬੁੱਧੀ ਦਾ ਵਿਕਾਸ ਹੋਇਆ ਤੇ ਲੋਕਾਂ ਨੂੰ ਇਹ ਸਮਝ ਆਇਆ ਵੀ ਜੇਕਰ ਕਿਸੇ ਨੇ ਸਾਡੇ ਤੇ ਸ਼ਾਸਨ ਕਰਨਾ ਹੈ ਤਾਂ ਸ਼ਾਸਨ ਕਰਨ ਵਾਲਾ ਵੀ ਸਾਡਾ ਆਪਣਾ ਹੀ ਬੰਦਾ ਹੋਣਾ ਚਾਹੀਦਾ ਹੈ ਫਿਰ ਇਸ ਤੋਂ ਬਾਅਦ ਲੋਕਤੰਤਰ ਦੀ ਚਰਚਾ ਵਧਣ ਲੱਗ ਗਈ ਸੀ ਡੈਮੋਕ੍ਰੇਸੀ ਦੀ ਸਭ ਤੋਂ ਪ੍ਰਸਿੱਧ ਵਿਆਖਿਆ ਜਾਂ ਡੈਫੀਨੇਸ਼ਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੇ ਕੀਤੀ ਹੈ ਜਾਂ ਦਿੱਤੀ ਹੈ ਜਿਸ ਨੇ ਕਿਹਾ ਵੀ ਲੋਕਤੰਤਰ ਜਨਤਾ ਦੀ ਜਨਤਾ ਦੁਆਰਾ ਜਨਤਾ ਦੇ ਲਈ ਸਰਕਾਰ ਹੁੰਦੀ ਹੈ ਅਤੇ ਇਹੀ ਡੈਫੀਨੇਸ਼ਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਪਾਈ ਹੈ ਤਾਂ ਇਹ ਕਿਹੜੀ ਡੈਫੀਨੇਸ਼ਨ ਆ ਲੋਕਤੰਤਰ ਜਨਤਾ ਦਾ ਜਨਤਾ ਦੁਆਰਾ ਜਨਤਾ ਦੇ ਲਈ ਸ਼ਾਸਨ ਹੈ ਇਹ ਜਿਹੜੀ ਡੈਫੀਨੇਸ਼ਨ ਆ ਗਈ ਪੰਡਿਤ ਜਵਾਹਰ ਲਾਲ ਨਹਿਰੂ ਨੇ ਪ੍ਰਸਤਾਵਨਾ ਦੇ ਵਿੱਚ ਪਾਈ ਹੈ ਇੱਥੇ ਆਪਾਂ ਨੂੰ ਇਹ ਸਮਝ ਆ ਗਿਆ ਹੈ ਕਿ ਇੱਥੇ ਸਾਰੀ ਦੀ ਸਾਰੀ ਜਿਹੜੀ ਗੱਲ ਆ ਕੀ ਉਹ ਜਨਤਾ ਦੀ ਹੋ ਰਹੀ ਹੈ ਜਨਤਾ ਹੀ ਇਹ ਫੈਸਲਾ ਕਰੂ ਵੀ ਕੌਣ ਸਾਡੇ ਤੇ ਰਾਜ ਕਰੇਗਾ ਜਨਤਾ ਆਪਣੇ ਪ੍ਰਤੀਨਿਧੀ ਚੁਣੇਗੀ ਅਤੇ ਇਹ ਚੁਣੇ ਹੋਏ ਪ੍ਰਤੀਨਿਧੀ ਹੀ ਜਨਤਾ ਦੇ ਲਈ ਕਾਨੂੰਨ ਬਣਾਉਣਗੇ ਹੁਣ ਗੱਲ ਕਰਦੇ ਆਂਗੇ ਗਣਤੰਤਰ ਦੀ ਤਾਂ ਗਣਤੰਤਰ ਦੋ ਸ਼ਬਦ ਦੇ ਨਾਲ ਮਿਲ ਕੇ ਬਣਿਆ ਹੈ ਗਣ ਪਲੱਸ ਤੰਤਰ ਗਣ ਦਾ ਮਤਲਬ ਹੁੰਦਾ ਹੈ ਜਨਤਾ ਅਤੇ ਤੰਤਰ ਦਾ ਮਤਲਬ ਹੁੰਦਾ ਹੈ ਸਿਸਟਮ ਗਣਤੰਤਰ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਦਾ ਮੁਖੀ ਚੁਣਿਆ ਜਾਂਦਾ ਹੈ ਨਾ ਕਿ ਵੰਸ਼ ਦੇ ਆਧਾਰ ਤੇ ਬਣਦਾ ਹੈ ਸਾਡੇ ਭਾਰਤ ਵਿੱਚ ਸਰਕਾਰ ਦੇ ਦੋ ਮੁੱਖ ਅਹੁਦੇ ਹੁੰਦੇ ਹਨ ਪਹਿਲਾ ਰਾਸ਼ਟਰਪਤੀ ਤੇ ਦੂਸਰਾ ਪ੍ਰਧਾਨ ਮੰਤਰੀ ਜਿਹੜਾ ਰਾਸ਼ਟਰਪਤੀ ਹੁੰਦਾ ਵਾ ਉਹ ਨਾ માત્ર ਮੁਖੀ ਹੁੰਦਾ ਵਾ ਤੇ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹ ਹੁੰਦਾ ਵਾਸਤਵਿਕ ਮੁਖੀ ਜਿਹੜਾ ਨਾ માત્ર ਹੁੰਦਾ ਵਾ ਰਾਸ਼ਟਰਪਤੀ ਜਿਵੇਂ ਇਸ ਦੀ ਜਿਹੜੀ ਚੋਣ ਹੁੰਦੀ ਹੈ ਇਸ ਦਾ ਜਿਹੜਾ ਟਾਈਮ ਮੰਗਾ ਉਹ ਵੀ ਫਿਕਸ ਹੁੰਦਾ ਵਾ ਇਸ ਦੀ ਜਿਹੜੀ ਚੋਣ ਦੀ ਵਿਧੀ ਹੈ ਕਿ ਉਹ ਆਪਰਤਕ ਵਿਧੀ ਦੇ ਨਾਲ ਚੁਣਿਆ ਜਾਂਦਾ ਹੈ ਸਰਕਾਰ ਦੇ ਸਾਰੇ ਕੰਮ ਪ੍ਰਧਾਨ ਮੰਤਰੀ ਕਰਦਾ ਹੈ ਪਰੰਤੂ ਫਿਰ ਵੀ ਨਾ માત્ર ਇੱਕ ਮੁਖੀਆ ਹੁੰਦਾ ਹੈ ਜਿਸ ਦੀ ਵੀ ਚੋਣ ਕੀਤੀ ਜਾਂਦੀ ਹੈ ਭਾਰਤ 26 ਜਨਵਰੀ 1950 ਨੂੰ ਗਣਤੰਤਰ ਰਾਜ ਬਣਿਆ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਭਾਰਤ ਦੇ ਲੋਕਾਂ ਨੇ ਵੋਟ ਪਾ ਕੇ ਕਿਸੇ ਵੀ ਵਸਰਾਏ ਨੂੰ ਨਹੀਂ ਚੁਣਿਆ ਸੀ ਉਹ ਸਾਰੇ ਦੇ ਸਾਰੇ ਵਾਇਸ ਰਾਏ ਬ੍ਰਿਟੇਨ ਤੋਂ ਹੀ ਚੁਣ ਕੇ ਭਾਰਤ ਆਉਂਦੇ ਸਨ ਪਰੰਤੂ 26 ਜਨਵਰੀ 1950 ਨੂੰ ਭਾਰਤ ਦੀ ਜਨਤਾ ਦੇ ਦੁਆਰਾ ਚੁਣੇ ਲੋਕਾਂ ਨੇ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਸੀਗਾ ਇਸ ਲਈ ਭਾਰਤ 26 ਜਨਵਰੀ 1950 ਤੋਂ ਗਣਤੰਤਰ ਰਾਜ ਬਣ ਜਾਂਦਾ ਹੈ ਤਾਂ ਇੱਥੇ ਅੱਜ ਆਪਾਂ ਇਹ ਚੀਜ਼ ਨੂੰ ਸਮਝ ਚੁੱਕੇ ਹਾਂ ਵੀ ਲੋਕਤੰਤਰ ਅਤੇ ਗਣਤੰਤਰ ਕੀ ਹੁੰਦਾ ਹੈ ਤਾਂ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀ ਹੋਰ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ HiFi Exam Study ਨੂੰ ਸਬਸਕ੍ਰਾਈਬ ਕਰਨਾ ਤਾਂ